केपीडी न्यूज, हक सच और इंसाफ की आवाज। केपीडी न्यूज, हक सच और इंसाफ की आवाज। ਸੁਬਾ ਇਨਫੋਰਮੇਸ਼ਨ ਐਸਟ ਤੋਂ ਆਦਮਪੁਰ ਤੋਂ ਡੀ ਐਸ ਪੀ ਆਦਮਪੁਰ ਨੂੰ ਡੀ ਸੀ ਵੀ ਇੱਕ ਧਰਮਵੀਰ ਨਾਂ ਦਾ ਲੜਕਾ ਹੈਗਾ, ਕਰੀਬ 35 ਸਾਲ ਦੀ ਉਮਰ ਆ। ਉਸ ਖੁਫੀਆ ਤਲਾਬ ਮਿਲੀ ਸੀ ਵੀ ਇਸ ਲੜਕੇ ਨੇ ਉਹ ਆਪਣੀ ਮਦਰ ਜਿਹੜੀ 61 ਸਾਲ ਦੀ ਉਮਰ ਸੀਗੀ ਉਹਦੀ ਹੱਤਿਆ ਕਰਕੇ ਜਿਹੜੀ ਡੈਡ ਬੋਡੀ ਆਪਣੇ ਘਰ 'ਚ ਹੀ ਦਵਾਈ ਸੀਗੀ। ਔਰ ਇਨਫੋਰਮੇਸ਼ਨ ਮਿਲਦੇ ਐਸ ਐਚ ਓ ਨੇ ਇਮੀਡੀਏਟਲੀ ਪਰਚਾ ਦਰਜ ਕਰਕੇ ਨਾਲ ਡੈਡ ਬੋਡੀ ਜਿਹੜੀ ਉਹ ਰਿਕਵਰ ਕਰ ਲਈ, ਅਤੇ ਜਿਹੜਾ ਦੋਸ਼ੀ ਸੀ ਧਰਮਵੀਰ ਉਸਦਾ ਲੜਕਾ ਸੀਗਾ ਉਸਨੇ ਉਸਨੂੰ ਗ੍ਰਿਫਤਾਰ ਕਰ ਲਿਆ। ਸਰ ਕਾਰਨ ਕੀ ਸੀ? ਉਸਦਾ ਕਾਰਨ ਇਹ ਸੀ ਕਿ ਜਿਹੜਾ ਇਹ ਇਸਦੀ 35 ਸਾਲ ਉਮਰ ਹੋ ਗਈ, ਇਹਦਾ ਫਾਦਰ ਜਿਹੜਾ ਸੀਗਾ ਇਸ ਤੋਂ ਅਲੱਗ ਰਹਿੰਦਾ ਸੀਗਾ ਕਿਉਂਕਿ ਇਹਨਾਂ ਦੇ ਘਰ 'ਚ ਥੋੜ੍ਹਾ ਬਹੁਤਾ ਡਿਫਰੈਂਸਿਸ ਵੀ ਹੈਗੇ ਸੀਗੇ, ਅਤੇ ਇਸ ਦੀ ਸ਼ਾਦੀ ਨਹੀਂ ਸੀ ਹੁੰਦੀ। ਔਰ ਅਚਾਨਕ ਹੀ ਇਸਨੇ ਜੋ ਦੱਸਿਆ ਵੀ ਮੈਂ ਤੈਸ਼ ਵਿੱਚ ਆ ਗਿਆ, ਇਹਦੀ ਮਦਰਸ ਜਿਹੜੀ ਸੀ ਉਹਦੀ ਵਜ੍ਹਾ ਕਰਕੇ ਇਹਦੀ ਸ਼ਾਦੀ ਨਹੀਂ ਹੋ ਰਹੀ, ਅਤੇ ਇਹਨੇ ਸ਼ਰਾਬ ਪੀ ਲਈ, ਅਕਸਰ ਹੀ ਸ਼ਰਾਬ ਪੀ ਲੈਂਦਾ ਸੀਗਾ, ਅਤੇ ਸ਼ਰਾਬ ਪੀਤੀ ਦੇ ਵਿੱਚ ਇਹਨੇ ਦੱਸਿਆ ਕਿ ਤੈਸ਼ 'ਚ ਆਉਣ ਕਰਕੇ ਜਿਹੜਾ ਆਪਣੀ ਮਦਰ ਦੁਆਰਾ ਕਬਰ ਕਰ ਦਿੱਤਾ। ਉਹਦਾ ਕਾਰਨ ਮੇਨ ਇਹ ਸੀ ਵੀ ਸ਼ਾਦੀ ਨਾ ਹੋਣ ਕਰਕੇ ਇਹਦੇ ਥੋੜ੍ਹੇ ਮਦਰ ਨਾਲ ਡਿਸਪਿਊਟ ਹੋ ਗਿਆ। ਸਰ ਡੈੱਡ ਬੋਡੀ ਕਿਸ ਹਾਲਤ 'ਚ ਮਿਲੀ ਸੀ? ਕਿੱਦਾਂ? ਡੈੱਡ ਬੋਡੀ ਬਿਲਕੁਲ ਜਿਹੜੀ ਗਲੀ ਸੜੀ ਡੈੱਡ ਬੋਡੀ ਸੀਗੀ, ਅਤੇ ਉਹਦੇ ਘਰ ਦੇ ਵਿੱਚੋਂ ਕਵਰ ਕੀਤੀ, ਉਹ ਫੁੱਟ ਕੇ ਥੱਲੇ ਦੱਬੀ ਹੋਈ ਸੀ। ਨਸ਼ਾ ਨੁਸ਼ਾ ਵੀ ਕਰਦਾ ਸੀ? ਨਹੀਂ, ਨਸ਼ਾ ਬਿਲਕੁਲ ਨਹੀਂ, ਸ਼ਰਾਬ ਪੀਂਦਾ ਸੀ। ਸ਼ਰਾਬ ਅਕਸਰ ਹੀ ਪੀ ਲੈਂਦਾ ਸੀਗਾ ਕਿਉਂਕਿ ਟੈਨਸ਼ਨ ਦੇ ਵਿੱਚ। ਸਰ ਕਿੰਨੇ ਦਿਨ ਪਹਿਲਾਂ ਇਹਨੇ ਮਰਡਰ ਕਰਤਾ ਸੀ? ਕਰੀਬ 3-4 ਦਿਨ ਪਹਿਲਾਂ ਇਹਨੇ ਮਰਡਰ ਕੀਤਾ ਸੀ। ਅਤੇ ਪੁਲਿਸ ਨੂੰ ਕਿੱਦਾਂ ਪਤਾ ਲੱਗਾ ਸਰ ਡੈੱਡ ਬੋਡੀ? ਪੁਲਿਸ ਨੂੰ ਜਿਹੜੀ ਇਨਫੋਰਮੇਸ਼ਨ ਅਤਲਾਬ ਮਿਲੀ ਸੀ ਖੁਫੀਆ ਦੁਆਰਾ। ਨਹੀਂ, ਡੈੱਡ ਬੋਡੀ ਦਾ ਪੁਲਿਸ ਨੂੰ ਕਿੱਦਾਂ ਪਤਾ ਲੱਗਾ ਸਰ? ਫਿਰ ਜਦੋਂ देश विदेश और अपने शहर की लोकल खबर के लिए हमारे चैनल को सब्सक्राइब जरूर करें और घंटी के बटन को जरूर दबाएं। आपका मनपसंद न्यूज़ चैनल केपीडी न्यूज़, हक सच और इंसाफ की आवाज़ आपको रखे सबसे आगे।